कुछ वादे किए गए से, कुछ लैटर इशू की गई सगिया, लेकिन वो चार जड़े साड़िया मंगा मनिया से वो पेंडिंग है, जिदे डी सी आर जी हैगी है, जेडे 2004 तो बाद भर्ती है, कच्चे मुलाजमान पक्के करन बारे वो अजे पेंडिंग पई आ, ते प्रोबेशन पीरियड जो 2004 तो बाद भर्ती हुए मुलाजमान 3 साल से उन्होंने 2 साल करन बारे आ, ते उन्हां नूं प्रोबेशन दौरान फुल बेनीफिट देन बारे जिहड़ी आ उह पईआं डिमांडा पेंडिंग आ। नाल दी नाल 50 साल तो बाद जिहड़ा टेस्ट सीगा स्टेनोग्राफरा दा ਉਹਦੇ ਸੰਬੰਧੀ ਜਿਹੜੀ ਆ ਇੱਕ ਡਿਮਾਂਡ ਪੈਂਡਿੰਗ ਪਈ ਆ, ਉਸ ਤੋਂ ਸਿਵਾਏ ਸਾਡੀ ਆ ਡੀਏ ਦੀਆਂ ਉਹ ਪੈਂਡਿੰਗ ਆ, ਤੇ ਨਾਲ ਪੇ ਕਮਿਸ਼ਨ ਜਿਹੜਾ ਉਹ ਪੈਂਡਿੰਗ ਪਿਆ, ਏਰੀਅਰ ਜਿਹੜਾ ਮੁਲਾਜ਼ਮਾਂ ਦਾ ਬਹੁਤ ਜ਼ਿਆਦਾ ਘੱਟੋ ਘੱਟ 30-32 ਮਹੀਨਿਆਂ ਦਾ ਉਹ ਪੈਂਡਿੰਗ ਪਿਆ ਹੈਗਾ, ਜਿਹੜੀ ਕਿ ਲੱਖਾਂ ਦੇ ਵਿੱਚ ਗਿਣਤੀ ਬਣਦੀ ਆ, ਲੱਖਾਂ ਦੇ ਵਿੱਚ ਅਮਾਊਂਟ ਬਣਦੀ ਹੈਗੀ ਆ। ਸੋ ਸਰਕਾਰ ਜਿਹੜੀ ਉਹ ਟਾਲ ਮਟਾਲ ਦੀ ਜਿਹੜੀ ਆ ਨੀਤੀ ਦੇ ਉੱਤੇ ਚੱਲ ਰਹੀ ਆ, ਬੜੇ ਲੰਬੇ ਸਮੇਂ ਤੋਂ ਟਾਲਾ ਵਰਤ ਰਹੀ ਹੈ, ਬੀਜਾਂ ਦੇ ਬਾਵਜੂਦ ਵੀ ਸਰਕਾਰ ਜਿਹੜੀ ਆ ਅਜੇ ਤਾਈਂ ਸਾਡੀਆਂ ਮੰਗਾਂ ਨਹੀਂ ਮੰਨੀਆਂ। ਸੋ ਕਿਤੇ ਇਸ ਕਰਕੇ ਕਿਸ ਤਰ੍ਹਾਂ ਮੁਲਾਜ਼ਮ ਵਰਗ ਜਿਹੜਾ ਉਹ ਵਿਸ਼ਵਾਸ ਕਰ ਲਏ ਕਮੇਟੀ ਦੇ ਉੱਤੇ ਵੀ, ਜਦੋਂ ਉਹਨੇ ਪੁਰਾਣੇ ਵਾਅਦੇ ਕਰਕੇ ਅਜੇ ਤੱਕ ਨਹੀਂ ਨਿਭਾਏ,